ਥਾਣਾ ਗੁਰਾਇਆ ਦੀਨ ਪੈਂਦੇ ਪਿੰਡ ਦੁਸਾਂਝ ਕਲਾਂ ਦੇ ਬੱਸ ਅੱਡੇ ਤੇ ਕਰਿਆਨੇ ਦੀ ਦੁਕਾਨ ਤੇ ਬੀਤੀ ਰਾਤ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜੋ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੈ। ਘਟਨਾ ਦੀ ਜਾਣਕਾਰੀ ਦਿੰਦਿਆਂ ਗੁਰੂ ਕਰਿਆਨਾ ਸਟੋਰ ਦੇ ਮਾਲਕ ਕੁਲਵੀਰ ਰਾਮ ਪੁੱਤਰ ਨਾਜਰ ਰਾਮ ਵਾਸੀ ਪਿੰਡ ਕਾਲਾ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਪੌਣੇ 1 ਵਜੇ ਚੌਕੀਦਾਰ ਦਾ ਫੋਨ ਆਇਆ ਕਿ ਉਹਨਾਂ ਦੀ ਦੁਕਾਨ ਦਾ ਤਾਲਾ ਖੁੱਲ੍ਹਾ ਹੈ। ਜਦੋਂ ਜਾ ਕੇ ਵੇਖਿਆ ਤਾਂ ਚੋਰਾਂ ਵੱਲੋਂ ਤਾਲਾ ਭੰਨਿਆ ਹੋਇਆ ਸੀ ਅਤੇ ਦੁਕਾਨ ਅੰਦਰ ਚੋਰੀ ਹੋ ਚੁੱਕੀ ਸੀ। ਚੋਰਾਂ ਵੱਲੋਂ ਬੜੀ ਹੁਸ਼ਿਆਰੀ ਨਾਲ ਚੋਰੀ ਕੀਤੀ ਗਈ ਕਿ ਦੁਕਾਨ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਤੋੜਿਆ ਗਿਆ ਅਤੇ ਫਿਰ ਚੋਰੀ ਕੀਤੀ ਗਈ। ਦੁਕਾਨਦਾਰ ਨੇ ਦੱਸਿਆ ਕਿ ਪੁਲਿਸ ਚੌਕੀ ਦੁਸਾਂਝ ਕਲਾਂ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸਾਨੂੰ ਉਹਨਾਂ ਚੌਂਕੀਦਾਰ ਨੇ ਫੋਨ ਕੀਤਾ ਕੋਈ 12:50 'ਤੇ ਫੋਨ ਕੀਤਾ, ਕਹਿੰਦਾ ਜੀ ਤੁਹਾਡੇ ਲੋਕ ਜਿਹੜੇ ਆ ਤੁਸੀਂ ਖੁੱਲ੍ਹੇ ਛੱਡ ਗਏ। ਅਤੇ ਅਸੀਂ ਉਹਨੇ ਕਿਹਾ ਵੀ ਦੇਖੋ ਅਸੀਂ 3 ਜਣੇ ਹਾਂ, 3 ਵਾਰੀ ਲੋਕ ਚੈੱਕ ਕਰੀਦੇ, ਅਸੀਂ ਖੁੱਲ੍ਹੇ ਰਹਿ ਨਹੀਂ ਸਕਦੇ ਹੈਗੇ। ਅਤੇ ਫਿਰ ਅਸੀਂ ਜਾਣੀ ਕਿ ਅਸੀਂ ਕਿਹਾ ਵੀ ਤੂੰ ਇੱਥੇ ਰਹਿ, ਅਸੀਂ ਆਏ ਕਿਤੇ ਜਾਈ ਨਾ। ਅਤੇ ਅਸੀਂ ਜਦੋਂ ਆਏ ਅਤੇ ਆ ਕੇ ਦੇਖਿਆ ਤਾਂ ਜਾਣੀ ਕਿ ਲੋਕ ਹੈ ਨਹੀਂ, ਉਹਦੇ ਲੋਕ ਵੀ ਹੈ ਨਹੀਂ, ਅੰਦਰੋਂ ਜਿਹੜਾ ਅਣ ਲਾਇਆ ਸੀਗਾ ਉਹ ਵੀ ਉਹਨੇ ਵਿੰਗਾ ਕਰਕੇ ਸਿੱਧੂ ਜਿਹਾ ਕੀਤਾ ਆਪਣੇ ਪੁੱਟਿਆ ਆ, ਅਤੇ ਬਾਹਰ ਕੈਮਰੇ ਦੇਖੇ ਕੈਮਰੇ ਵੀ ਤੋੜਿਆ, ਬਾਹਰਲਾ ਕੈਮਰਾ, ਲਾਈਟ ਵੀ ਤੋੜੀ ਸਾਡੀ, ਉਹਦਾ ਤਾਂ ਉੱਪਰ ਚਵਾਰੇ ਦਾ ਉਹਦਾ ਵੀ ਲੋਕ ਦੂਜਾ ਹੈਂਡ ਅਣ ਜਿਹੜਾ ਉਹ ਵੀ ਹੋਰ ਪੁੱਟਿਆ ਸੀ ਉਹਨੇ। ਅਤੇ ਅੰਦਰ ਜਾ ਕੇ ਦੇਖਿਆ ਜੀ ਅੰਦਰ ਜਾਣੀ ਕਿ ਬ੍ਰੈਡ ਬੁਰਡ ਦਾ ਮੂਹਰੇ ਹਨੇਰਾ ਸੀ ਨਾ, ਬ੍ਰੈਡ ਦਾ ਸਟੈਂਡ ਮੂਹਰੇ ਆਇਆ ਅਤੇ ਬ੍ਰੈਡ ਬੁਰਡ ਵੀ ਡਿੱਗੇ ਹੋਏ ਸੀ ਵਿੱਚੋਂ। ਅਤੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਅਸੀਂ ਮਤਲਬ ਸਾਡਾ ਸਮਾਨ ਹਿੱਲਿਆ ਸੀਗਾ। ਅਤੇ ਉਸ ਤੋਂ ਬਾਅਦ ਵੀ ਅਸੀਂ ਜਦੋਂ ਪੁਲਿਸ ਵਾਲਿਆਂ ਨੂੰ ਫੋਨ ਕੀਤਾ, ਉਹ ਆਏ ਇੱਥੇ ਆ ਕੇ ਉਹਨੇ ਵੀ ਮੌਕਾ ਦੇਖਿਆ, ਮੌਕਾ ਦੇਖ ਕੇ ਤਾਂ ਫਿਰ ਅਸੀਂ ਦੂਜਾ ਕੀਤਾ ਆਪਣੇ ਅੰਦਰੋਂ ਕੈਮਰਾ 'ਚ, ਪਹਿਲਾਂ ਬਾਹਰਲਾ ਕੈਮਰਾ ਚੈੱਕ ਕੀਤਾ ਤਾਂ ਉਹਨੇ 11:00 ਯਾਨੀ ਕਿ 9 ਮਿੰਟ 'ਤੇ ਨਹੀਂ ਤੋੜਿਆ ਕੈਮਰਾ, ਅਤੇ ਹਨੇਰਾ ਹੋ ਗਿਆ ਬਾਹਰ। ਅੰਦਰ ਚਲ ਗਏ, ਅੰਦਰ ਉਹਨੇ ਅੰਦਰ ਬੈਗ ਜਾਂਦਿਆਂ ਦੀ ਨਜ਼ਰ ਆਉਂਦੀ ਆ ਉਹ, ਯਾਨੀ ਕਿ ਸਮਝ ਲਓ 12:35 'ਤੇ ਅੰਦਰ ਗਏ ਇਹ, ਇੰਨਾ ਟਾਈਮ ਯਾਨੀ ਕਿ ਬਾਹਰ ਲੱਗੇ ਦਾ ਲੋਕ ਤੋਂ ਗਾਹ ਅੱਗੇ ਗਏ ਅਤੇ ਉਹਨਾਂ ਦੀ ਬੈਗ ਆਈ ਆ ਅਤੇ ਉਹਨਾਂ ਨੂੰ ਪਤਾ ਲੱਗ ਗਿਆ ਮਤਲਬ ਇਹ ਕੈਮਰਾ ਅੰਦਰ ਵੀ ਆ, ਅਤੇ ਉਹਨੇ ਬੋਰੇ ਨਾਲ ਮੂੰਹ ਢੱਕ ਕੇ ਅਤੇ ਆ ਕੇ ਉਹ ਕੈਮਰਾ ਉਹ ਵੀ ਤੋੜਿਆ। ਉਸ ਤੋਂ ਬਾਅਦ ਵੀ ਹਨੇਰਾ ਹੋ ਗਿਆ ਵੀ ਸਮਾਨ ਹੁਣ ਪਤਾ ਉਹਨਾਂ ਨੂੰ ਕਾਫੀ ਸਮਾਨ ਲੱਗ ਗਿਆ, ਉੱਪਰੋਂ ਚਾਹ ਪੱਤੀ ਵੀ ਲੱਗ ਗਿਆ ਕਿ ਚਾਹ ਪੱਤੀ ਦਾ ਬੈਗ ਉੱਧਰੋਂ ਮਿਲਿਆ ਤੁਹਾਨੂੰ, ਅਤੇ ਇਹ ਵਾਰਦਾਤ ਹੋਈ ਨਾ। ਕਰਿਆਨੇ ਦਾ ਸਮਾਨ ਲੈ ਕੇ ਗਏ? ਹਾਂਜੀ ਕਰਿਆਨੇ। ਕੋਈ ਸ਼ੱਕ ਵੀ ਹੈ ਕਿਸੇ 'ਤੇ? ਨਹੀਂ ਸ਼ੱਕ, ਹੁਣ ਇੱਥੇ ਬਹੁਤ ਗਾਹਕ ਆਉਂਦੇ ਇਹਦੇ ਬਾਰੇ, ਸਾਨੂੰ ਤਾਂ ਪਤਾ ਨਹੀਂ ਕਿੱਦਾਂ, ਹਰ ਤਰ੍ਹਾਂ ਦਾ ਗਾਹਕ ਹੁੰਦਾ। ਚੌਕੀਦਾਰ ਨੇ ਪਹਿਲਾਂ ਉਹਨਾਂ ਨੂੰ ਮਤਲਬ ਕਿਤੇ ਨਹੀਂ ਦੇਖਿਆ ਅੱਡੇ 'ਚ? ਚੌਂਕੀਦਾਰ ਦੇਖੋ ਜੀ ਕਹਿੰਦਾ ਮੈਂ ਉੱਧਰ ਗਿਆ ਸੀਗਾ ਲੋਕ ਚੈੱਕ ਕਰਦਾ ਸੀਗਾ, ਅਤੇ ਉਹ ਟਾਈਮ ਵੀ ਜ਼ਿਆਦਾ ਉਹਨੇ 11:00 ਦਾ ਕਾਹਦਾ ਟਾਈਮ ਸੀਗਾ, ਠੀਕ ਨਹੀਂ। ਅਤੇ ਚੌਂਕੀਦਾਰ ਦੇ ਲਾ ਉੱਧਰੋਂ ਆਇਆ, ਉਹ ਕਹਿੰਦਾ ਮੇਰਾ ਦੂਸਰਾ ਆਦਮੀ ਉੱਧਰ ਕੋਈ ਨਹੀਂ ਆਇਆ, ਦੂਸਰਾ ਆਦਮੀ ਵੀ ਹੈਗਾ ਚੌਂਕੀਦਾਰ ਇੱਕੋ ਹੀ ਆ, ਝੂਠ ਬੋਲਦਾ, ਕੋਈ ਦੋ ਨਹੀਂ ਹੈਗੀ। ਪੁਲਿਸ ਨੂੰ ਦੱਸਤਾ? ਪੁਲਿਸ ਨੂੰ ਦੱਸਤਾ ਜੀ, ਉਹ ਹੁਣ ਰਿਪੋਰਟ ਲੈ ਕੇ ਲੱਗ ਰਿਹਾ ਸਾਡੇ ਕੋਲ, ਅਤੇ ਹੁਣ ਕਹਿੰਦੇ ਅਸੀਂ ਕਾਰਵਾਈ ਕਰਦੇ ਹਾਂ, ਬਾਕੀ ਸਾਨੂੰ ਦੱਸ ਦਿਓ ਕੀ ਚੀਜ਼ ਆ, ਉਹ ਵੀ ਹੋਰ ਚੀਜ਼ਾਂ ਕਰਦੇ ਹਾਂ। ਬਾਕੀ ਚੌਂਕੀਦਾਰ ਨੂੰ ਵੀ ਉੱਥੇ ਸੱਦਾਂਗੇ, ਪੁੱਛਾਂਗੇ ਵੀ ਤੈਨੂੰ ਡਰਾਇਆ ਤਾਂ ਨਹੀਂ ਹੈਗਾ, ਹੋ ਸਕਦਾ ਵੀ ਇਹਨੂੰ ਮਤਲਬ ਅੱਗੇ ਵੀ ਉੱਥੇ ਗਿਆ ਹੀ ਸੀਗਾ, ਮੈਨੂੰ ਪਤਾ ਨਹੀਂ ਹੈਗਾ, ਬਾਅਦ 'ਚ ਆ ਕੇ ਜੀ ਮੈਨੂੰ ਕਹਿੰਦਾ ਬੰਨ੍ਹ ਲਿਆ ਸੀ ਸਮਾਨ ਤਾਂ ਲੈ ਗਿਆ, ਬੰਨ੍ਹ ਕੇ ਲੈ ਸੀ। ਹੁਣ ਇਹ ਵੀ ਉਹਨੂੰ ਕੋਈ ਪਤਾ ਕਰਨਾ ਪੈਣਾ, ਉਹਦੇ ਕੋਲ ਪਤਾ ਕਰਨਾ ਵੀ ਤੈਨੂੰ ਡਰਾਇਆ ਜਾਂ ਕਿੱਦਾਂ ਆ, ਤੂੰ ਉਸ ਟਾਈਮ ਹੈ ਕੀਤੀ ਸੀਗਾ,
ਠੀਕ ਨਹੀਂ ਉਹਦਾ 11 ਵਜੇ ਦਾ ਟਾਈਮ ਆਉਂਦਾ ਇੱਥੇ ਆਉਣ ਦਾ ਉਹ ਟਾਈਮ ਕਿੱਥੇ ਰਿਹਾ ਸੀ ਅਕਸਰ ਡੇਢ ਘੰਟਾ ਇੱਥੇ ਰਹੇ ਆ ਡੇਢ ਘੰਟੇ 'ਚ ਇੱਧਰ ਆਉਣਾ ਚਾਹੀਦਾ ਸੀ ਨਾ ਚੌਂਕੀਦਾਰ ਜੀ